ਅਸਲਾਮ ਵਾਲੇਕਮ ਜੀ, ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀ ਵੀ, ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਜ਼ੀਮ ਕਰਨ। ਵੀਰਾਂ ਵਾਸਤੇ ਜਨਾਬ ਇੱਕ ਚੁਆਈ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਵੀਰ ਇਨਸ਼ਾਅੱਲਾ ਵੇਖਣਗੇ ਮੱਝ ਜਨਾਬ ਖੋਖਰ ਬਲੱਡ ਲਾਈਨ ਤੋਂ ਹੈ, ਪਿਓਰ ਨੀਲੀ ਦੀ ਮੱਝ ਹੈ, ਮਗਰ ਕੱਟਾ ਹੈ। ਤੁਸੀਂ ਇਹਦੀ ਵੀਡੀਓ ਪਹਿਲੇ ਦੇਖੀ ਹੋਣੀ ਹੈ। ਅੱਜ ਵੀਰਾਂ ਵਾਸਤੇ ਜਨਾਬ ਲਾਈਵ ਚੁਆਈ ਜਨਾਬ ਬਰਾਏ ਰਾਸਤ ਜਨਾਬ ਵੀਰਾਂ ਦੇ ਸਾਹਮਣੇ ਇੱਕ ਬੱਚਾ ਜਨਾਬ ਗਿਆ ਛੋਟ, ਉਹ ਜਨਾਬ ਅਸੀਂ ਵੀਰਾਂ ਨੂੰ ਬਿਲਕੁਲ ਲਾਈਵ ਚੁਆਈ ਦੇ ਮਨਾਜ਼ਰ ਵਿਖਾ ਰਹੇ ਹਾਂ। ਤੁਸੀਂ ਲਾਈਵ ਚੁਆਈ ਦੇਖਣੀ ਹੈ, ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਕਿ ਮੈਂ ਇਹਨੂੰ ਛੱਟਾ, ਫੁਆਰਾ, ਗੰਢ, ਮਰੋੜੀ ਜਾਂ ਕੁਆਤਾ ਜਾਟਾ ਜਨਾਬ ਹੈ, ਅਤੇ ਜ਼ਰੂਰ ਜਨਾਬ ਸ਼ੇਅਰ ਕਰੋ। ਵੀਡੀਓ ਨੂੰ ਪੂਰਾ ਵੇਖਣਾ, ਪੂਰਾ ਵਾਚ ਕਰਨਾ, ਪੂਰੀ ਵੀਡੀਓ ਕਰਕੇ ਕਮੈਂਟ ਕਰਨਾ ਕਿ ਯਾਰ ਕੋਈ ਵਾਧਾ, ਕੋਈ ਘਾਟਾ, ਕੋਈ ਲਾਭ, ਸਮਾਜ ਵਿੱਚ ਮਸਲਾ, ਕੋਈ ਮਸਲਾ ਹੈ, ਅਤੇ ਜਨਾਬ ਚਾਚਾ ਜੀ ਬਹਿ ਗਏ ਥੱਲੇ, ਅਤੇ ਇਹ ਜਨਾਬ ਵੀਰਾਂ ਦੇ ਸਾਹਮਣੇ ਜਨਾਬ ਲਾਈਵ ਚੁਆਈ ਕਰ ਰਹੇ ਨੇ। ਜਨਾਬ ਬਰਾਏ ਰਾਸ ਚੁਆਈ ਹੋ ਰਹੀ ਜਨਾਬ ਇਸ ਮੱਝ ਦੀ। ਦੁੱਧ ਦੀ ਗਰੰਟੀ ਜਿਹੜੀ ਹੈ ਮੱਝ ਦੀ 16 ਤੋਂ 17 ਲੀਟਰ ਦੀ ਹੈ। ਜਿਹੜਾ ਵੀਰ ਆਵੇ ਮੌਕੇ 'ਤੇ ਤਸੱਲੀ ਕਰਕੇ ਜਾ ਸਕਦਾ ਹੈ, ਦੱਸਦੇ ਜਾਈਏ ਕਿ ਜਨਾਬ ਮੱਝ ਜਿਹੜੀ ਹੈ ਉਹ ਸੇਲ ਹੋ ਗਈ ਅੱਜ ਜਨਾਬ ਲਾਹੌਰ ਚਲੀ ਗਈ ਅੱਲਾਹ ਦੇ ਫਜ਼ਲੋ ਕਰਮ ਨਾਲ। ਔਰ ਅਤੇ ਇਹ ਜਨਾਬ ਚਲੋ ਸਲੀਮ ਸਾਹਿਬ ਨੇ ਲਈ ਹੈ ਜਨਾਬ, ਚਲੋ ਮੱਝ ਮਾਸ਼ਾਅੱਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਸੇਲ ਹੋ ਕੇ ਜਨਾਬ ਮਾਲਕਾਂ ਦੇ ਘਰ ਅੱਜ ਸ਼ਾਮ ਨੂੰ 4:30 ਵਜੇ ਇਹ ਸੌਦਾ ਹੋ ਗਿਆ ਸੀ, ਔਰ ਮਾਸ਼ਾਅੱਲਾ ਇਹ ਲੈ ਗਏ ਨੇ। ਚੁਆਈ ਦੀ ਵੀਡੀਓ ਤਾਂ ਲਾਈ ਹੈ ਕਿ ਜਨਾਬ ਕਾਫੀ ਦਿਨਾਂ ਤੋਂ ਵੀਡੀਓ ਜਿਹੜੀ ਹੈ ਮੁਨਾਸਬ ਅੱਜ ਹੈ ਨਹੀਂ ਸੀ, ਇਸ ਕਰਕੇ ਮੈਂ ਕਿਹਾ ਚਲੋ ਚੁਆਈ ਦੀ ਵੀਡੀਓ ਲਾ ਦਈਏ, ਤਾਂ ਵੀਰਾਂ ਨੂੰ ਸ਼ੌਕ ਕਰਵਾਈਏ ਨੀਲੀ ਦੀ ਮੱਝਾਂ ਦਾ ਕਿ ਨੀਲੀ ਦੀ ਮੱਝਾਂ ਕਿੰਨਾ ਦੁੱਧ ਕਰਦੀਆਂ ਨੇ। ਮੱਝ ਤਾਂ ਜਨਾਬ ਅੱਜ ਚਲੀ ਗਈ, ਅਤੇ ਇਹ ਜਨਾਬ ਖੋਖਰ ਬਲੱਡ ਲਾਈਨ ਦੀ ਮੱਝ ਹੈ। ਲਾਈਵ ਚੁਆਈ ਬਰਾਤ ਰਾਤ ਚੈੱਕ ਕਰਨੀ ਹੈ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਜਨਾਬ ਅਸਮਾ ਜਿਹੜਾ ਬੜਾ ਫਿੱਟ, ਬੜਾ ਥਕਵਾਂ, ਥਣ ਰੁਕ ਰੁਕਦਾ, ਖੂਬਸੂਰਤ, ਇਹ ਜਨਾਬ ਤੁਸੀਂ ਚੈੱਕ ਕਰ ਲੈਣਾ। ਬਿਲਕੁਲ ਕੈਮਰੇ ਦੀ ਨਿਗਾਹ ਦੇ ਵਿੱਚ ਤਸੱਲੀ ਕਰਨੀ ਹੈ ਕਿ ਜਿੱਥੇ ਥਣ ਹੈ ਮਾਸ਼ਾਅੱਲਾ ਉੱਥੇ ਪਸੇ। ਮਗਰ ਸਮਿਆਂ ਦੇ ਖੋਖਰ ਬਲੱਡ ਲਾਈਨ ਦੀ ਜਨਾਬ ਮੱਝ ਹੈ, ਪਿਓਰ ਨਹੀਂ। ਇਹ ਜਨਾਬ ਤੁਹਾਨੂੰ ਤਾਰਦਾਰ ਮਾਰ ਕੇ ਸਾਰੇ ਥਣਾਂ 'ਚ ਤਸੱਲੀ ਕਰਾਉਣੇ, ਉਸ ਤੋਂ ਬਾਅਦ ਗਾੜੀ ਦੇ ਵਿੱਚ ਚੜ੍ਹਦੀ ਚੁਆਈ ਵੀਰਾਂ ਦੇ ਸਾਹਮਣੇ ਇਨਸ਼ਾਅੱਲਾ ਹੋਏਗੀ। ਵੀਰ ਕਰਨਗੇ ਤਸੱਲੀਆਂ, ਜਦੋਂ ਵੀਰ ਤਸੱਲੀਆਂ ਹੋ ਜਾਣਗੀਆਂ ਇਨਸ਼ਾਅੱਲਾ, ਤਾਂ ਉਦੋਂ ਫਿਰ ਗੱਲਾਂ ਆਉਣਗੀਆਂ। ਜਿਹੜੇ ਵੀਰ ਕਹਿੰਦੇ ਨੇ ਕਿ ਜਨਾਬ ਇਹ ਮਸਲਾ ਸੀ, ਇਹ ਹੈ, ਉਹ ਹੈ, ਉਹ ਗੱਲ ਹੈ, ਅਗਲੀ ਗੱਲ ਹੈ, ਉਹ ਫਿਰ ਉਹਨਾਂ ਦੇ ਸਾਰੇ ਮਾਮਲਾ ਜਨਾਬ ਸਾਹਮਣੇ ਆ ਜਾਣਗੇ। ਇਹ ਜਨਾਬ ਵੀਰਾਂ ਦੇ ਸਾਹਮਣੇ ਕਸਮਾ, ਦੂਸਰੀ ਸਾਈਡ ਦਾ ਵੀ ਬਾਲਟੀ ਜਨਾਬ ਵਿਹਲੀ ਵਿਖਾ ਦਿੱਤੀ ਹੈ, ਅਤੇ ਇਹ ਜਨਾਬ ਬਹਿਣੀ ਵਾਲਾ ਜਨਾਬ ਪਹਿਲਾ, ਠੀਕ ਹੈ ਜੀ, ਬਹਿਣੀ ਵਾਲਾ ਅਗਲਾ ਫੋਨ। ਇਹ ਜਨਾਬ ਅਗਾੜੀ ਦੀ ਚੁਆਈ ਲਾਈਵ ਬਰਾਏ ਰਾਤ ਵੀਰਾਂ ਦੇ ਸਾਹਮਣੇ ਜਨਾਬ ਵਿਖਾ ਰਹੇ ਹਾਂ। ਤੁਸੀਂ ਤਸੱਲੀ ਕਰ ਲੈਣੀ ਇਨਸ਼ਾਅੱਲਾ, ਸੱਚੇ ਅਤੇ ਸੱਚੇ ਜਨਾਬ ਜਿਹੜੇ ਸੌਦੇ ਨੇ ਆਪਣਾ ਦੇਸ਼ ਪੰਜਾਬ ਦੀ ਵਿਖਾਉਂਦਾ, ਇਨਸ਼ਾਅੱਲਾ ਕਿਸੇ ਕਿਸਮ ਦਾ ਕੋਈ ਵਾਧਾ, ਕੋਈ ਘਾਟਾ ਨਹੀਂ, ਇਨਸ਼ਾਅੱਲਾ ਪੂਰਾ ਖੂਬਸੂਰਤ ਥਕਵਾਂ ਪਕਵਾ ਜਨਾਬ ਡਾਂਗ ਡਾਂਗ ਜੀ ਨੇ ਜਨਾਬ ਚੁਆ, ਮਾਸ਼ਾਅੱਲਾ ਖੂਬਸੂਰਤ, ਅਤੇ ਘੋੜੇ ਗੜ ਸੁਲਤਾਨਾਂ ਦੇ ਅਤੇ ਮੱਝਾਂ ਗੜ ਵਰਿਆਵਾਂ ਦੇ, ਇਹ ਮਕੂਲਤ ਜੀ ਬੜੇ ਖਾਸਲ ਆਮ ਸੁਣੇ ਨੇ। ਹਰ ਬੰਦੇ ਦੀ ਜ਼ੁਬਾਨ 'ਤੇ ਜਨਾਬ ਇਹ ਗੱਲਾਂ ਹੋਈਆਂ, ਹਰ ਬੰਦੇ ਨੇ ਗੱਲਾਂ ਸੁਣੀਆਂ ਨੇ, ਦੇਖੀਆਂ ਨੇ। ਚੁਆਈ ਜਨਾਬ ਲਾਈਵ ਕਰ ਰਹੇ ਜੀ ਵੀਰਾਂ ਦੇ ਸਾਹਮਣੇ, ਇਹ ਅਗਾੜੀ ਦਾ ਜਨਾਬ ਚੁਆ ਹੈ, ਉਸ ਤੋਂ ਬਾਅਦ ਜਨਾਬ ਪਿਛਾੜੀ ਦੀ ਚੁਆਈ ਤੁਹਾਨੂੰ ਦਿਖਾਵਾਂਗੇ। ਤੁਸੀਂ ਤਸੱਲੀ ਨਾਲ ਵੀਡੀਓ ਵੇਖਣੀ ਹੈ ਆਖਰ ਤੱਕ, ਇਨਸ਼ਾਅੱਲਾ ਮਜ਼ਾ ਆਏਗਾ, ਪੂਰੀ ਵੀਡੀਓ ਵੇਖ ਕੇ ਇਨਸ਼ਾਅੱਲਾ ਮਜ਼ਾ ਆਏਗਾ। ਔਰ ਇਹ ਇਨਸ਼ਾਅੱਲਾ ਗੱਲਾਂ ਨਹੀਂ ਹੈਗੀਆਂ, ਇਨਸ਼ਾਅੱਲਾ ਕੰਮ ਨੇ। ਔਰ ਲਾਈਵ ਚੁਆਈ ਬਰਾਏ ਰਾਸਤ ਹੈ ਜੀ, ਇਹਦੇ 'ਚ ਕੋਈ ਵਾਧਾ, ਕੋਈ ਘਾਟਾ ਕਿਸੇ ਕਿਸਮ ਦਾ ਕਿਸੇ ਵੀਰ ਨੂੰ ਲੱਗਦਾ ਹੋਵੇ, ਕੋਈ ਮਸਲਾ ਆਉਂਦਾ ਹੋਵੇ, ਤਾਂ ਜਨਾਬ ਤਸੱਲੀ ਕਰ ਸਕਦੇ ਹਾਂ। ਚੌਧਰੀ ਸਲੀਮ ਸਾਹਿਬ ਨੇ ਮੱਝ ਜਨਾਬ ਲਾਹੌਰ ਤੋਂ ਖਰੀਦ ਲਈ ਹੈ ਜਨਾਬ, ਉਹ ਅੱਜ ਲੈ ਕੇ ਚਲੇ ਗਏ ਨੇ, ਇੱਕ ਨਾਲ ਪਹਿਲਾਂ ਵੀ ਗਈ ਹੈ ਜੀ ਮਾਸ਼ਾਅੱਲਾ, ਔਰ ਅੱਲਾਹ ਦੀ ਸਪੋਰਟ ਕੀਤੀ ਹੈ। ਵੀਡੀਓ ਆਉਣ ਦੀ ਵਜ੍ਹਾ ਤੋਂ ਅੱਜ ਚੁਆਈ ਦੀ ਵੀਡੀਓ ਅਸੀਂ ਲਗਾ ਰਹੇ ਹਾਂ, ਇਨਸ਼ਾਅੱਲਾ ਤੁਸੀਂ ਵੀਡੀਓ ਨੂੰ ਪੂਰਾ ਤਸੱਲੀ ਦੇ ਨਾਲ ਬਰਾਏ ਰਾਸਤ ਵੀਡੀਓ ਹੈ, ਅੱਲਾਹ ਦੇ ਸਭ ਕਰਨ ਨਾਲ ਇਨਸ਼ਾਅੱਲਾ ਲਾਈਵ ਚੁਆਈ ਦੀ ਗਾੜੀ ਚੁੱਕਦੀ ਪਈ ਹੈ, ਤਸੱਲੀ ਰੱਖਣੀ। ਇਹ ਗਾੜੀ ਦੀ ਜਨਾਬ ਚੁਆਈ ਲਾਈਵ ਕਰਵਾ ਰਹੇ ਜੀ ਬਰਾਏ ਰਾਸਤ, ਇਨਸ਼ਾਅੱਲਾ ਵੀਰਾਂ ਦੇ ਸਾਹਮਣੇ ਹਮੇਸ਼ਾ ਅੱਛੇ ਔਰ ਬਿਹਤਰੀਨ ਜਾਨਵਰ ਲੈ ਕੇ ਆਵਰ ਹੁੰਦੇ, ਕਦੇ ਵੀ ਕੋਈ ਵੀ ਦੋ ਨੰਬਰ ਮਾਲ ਨਾ ਕਦੇ ਦੇਣਾ ਹੈ, ਕੰਮ ਕਰਕੇ ਵਿਖਾਈ ਦੇਣੇ, ਔਰ ਇਨਸ਼ਾਅੱਲਾ ਸੋਨੇ ਵਰਗੇ। ਜਨਾਬ ਗਾੜੀ ਚੁੱਕਦੀ ਪਈ ਜੀ, ਮੈਂ ਜੀ ਗਾੜੀ ਚੈੱਕ ਕਰਨੀ ਜੀ ਮਾਸ਼ਾਅੱਲਾ, ਅਲਹਮਦੁਲਿਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਗਾੜੀ ਦੀ ਚੁਆਈ ਜਨਾਬ, ਬਾਲਟੀ ਤੁਸੀਂ ਵੇਖਣੀ ਹੈ ਸਟੀਲ ਵਾਲੀ ਦੇ ਵਿੱਚ, ਮਾਸ਼ਾਅੱਲਾ ਦੋ ਨਜ਼ਰ ਆਉਣ ਲੱਗ ਪਿਆ, ਇਹ ਹੈ ਗਾੜੀ ਦੀ ਚੁਆਈ। ਫਿਰ ਇਨਸ਼ਾਅੱਲਾ ਵੀਰਾਂ ਨੂੰ ਪਿਛਾੜੀ ਵੀ ਵਿਖਾਉਣੀ ਅਜੇ ਤੱਕ, ਅਗਾੜੀ ਦੇ ਵਿੱਚ ਮੱਝ ਦੇ ਕੋਲ ਅੱਲਾਹ ਦੇ ਫਜ਼ਲੋ ਕਰਮ ਨਾਲ ਜਿਹੜਾ ਦੁੱਧ ਹੈ ਉਹ ਤਕਰੀਬਨ 3 ਤੋਂ 4 ਕਿਲੋ ਅਗਾੜੀ 'ਚ, ਅਗਾੜੀ ਪਿਛਾੜੀ ਤਕਰੀਬਨ ਬਰਾਬਰ ਹੈ ਮੈਂ। ਵੀਡੀਓ ਲੇਟ ਕਰਨ ਵਾਸਤੇ ਮਾਜ਼ਰਤ ਹੈ, ਕਿਉਂਕਿ ਵੀਡੀਓ ਅਜੇ ਲੇਟ ਅਪਲੋਡ ਹੋਏਗੀ, ਅਤੇ ਦੋਸਤ ਨੂੰ ਚਾਹੀਦਾ ਕਿ ਸਾਰੇ ਮੈਚ ਨੂੰ ਵਿਹਲੇ ਹੋ ਕੇ ਜਨਾਬ ਵੀਡੀਓ ਨੂੰ ਤਸੱਲੀ ਦੇ ਨਾਲ ਵੇਖੋ। ਅੱਜ ਮੈਚ ਵੀ ਹੈਗਾ, ਅੱਲਾਹ ਕਰੇ ਪਾਕਿਸਤਾਨ ਜਿੱਤ ਜਾਵੇ, ਪਰ ਹਾਲਾਤ ਔਖੇ ਨੇ।
ਕਿਉਂਕਿ ਮੈਂ ਬਾਹਰਾਂ ਪਾਕਿਸਤਾਨ ਦੇ ਨਾਲ ਮੈਂ ਜਨਾਬ ਇੱਕ ਬਾਲਟੀ ਅਗਾੜੀ ਦੀ ਚੁਆਈ ਦੀ ਜਨਾਬ ਤਸੱਲੀ ਨਾਲ ਵੇਖੀ ਇਨਸ਼ਾਅੱਲਾ ਇਹ ਅਗਾੜੀ ਜਨਾਬ ਇੱਕ ਬਾਲਟੀ ਅਗਾੜੀ ਵਿੱਚ ਮੈਂ ਇਹਨੇ ਕੱਢ ਦਿੱਤੀ ਤਸੱਲੀ ਕਰ ਲਓ ਜਨਾਬ ਪਿਛਾੜੀ ਦੀ ਚੁਆਈ ਦੀ ਜਿਹਦੇ ਵਿੱਚ ਵੇਖ ਰਹੇ ਮਾਸ਼ਾਅੱਲਾ ਅੱਲਾ ਦੇ ਫਰਮ ਕਰਨ ਲਾਈਵ ਚੁਆਈ ਦੇ ਮੁਨਾਜ਼ਰ ਜੀ ਪਿਛਾੜੀ ਦੀ ਕੋਈ ਛੱਟਾ ਨਹੀਂ ਕੋਈ ਪਾਰ ਨਹੀਂ ਡਾਂਗ ਡਾਂਗ ਜਿੰਨਾ ਮਾਸ਼ਾਅੱਲਾ ਅਸਮਾਰ ਉਨੀ ਖੂਬਸੂਰਤ ਜਨਾਬ ਚੁਆਈ ਆਲਾ ਕੋਲ ਕਰਾਚੀ ਵਾਲੀ ਬਾਲਟੀ ਹੈ ਜੀ ਮਾਸ਼ਾਅੱਲਾ ਸਟੀਲ ਦੀ ਬਾਲਟੀ ਕਰਾਚੀ ਵਾਲੀ ਬਾਲਟੀ ਵੀਰਾਂ ਦੇ ਸਾਹਮਣੇ ਲਾਈਵ ਚੁਆਈ ਦੇ ਮੁਨਾਜ਼ਰ ਨੇ ਜੀ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਦੇ ਫਜ਼ਲ ਕਰ ਗੱਲਾਂ ਨਹੀਂ ਜੀ ਕੰਮ ਨਹੀਂ ਇਨਸ਼ਾਅੱਲਾ ਮਾਸ਼ਾਅੱਲਾ ਬੜਾ ਖੂਬਸੂਰਤ ਜਨਾਬ ਚੁਆ ਚੁਆਈ ਦੀ ਤਸੱਲੀ ਕਰਨੀ ਜੀ ਇਨਸ਼ਾਅੱਲਾ ਰੂਹ ਰਾਜ਼ੀ ਹੋਵੇਗਾ ਭਰਾਵਾਂ ਅੱਲਾਹੂ ਦੀ ਆਵਾਜ਼ ਆ ਰਹੀ ਜੀ ਇਨਸ਼ਾਅੱਲਾ ਅੱਲਾਹੂ ਦੀ ਆਵਾਜ਼ ਮਾਸ਼ਾਅੱਲਾ ਜੀ ਚੁਆ ਚੈੱਕ ਕਰਨਾ ਇਹ ਤੁਹਾਡੇ ਸਾਹਮਣੇ ਦੁੱਧ ਜੀ ਇਨਸ਼ਾਅੱਲਾ ਬੱਚਾ ਛੱਡ ਕੇ ਤਸੱਲੀ ਕਰਵਾ ਦੇਣੀ ਵੀਰਾਂ ਨੂੰ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਨਾ ਨੁੱਚੜ ਕੇ ਕਸ਼ਮੀਰੀ ਨਿੰਬੂ ਬਣ